ਜੈਗੂਆਰ ਗੱਡੀ ਹੁਣ ਪੰਜਾਬ ਚ ਗਾਣਿਆਂ ਜੀ ਨਹੀਂ ਚਿੱਟੇ ਦੇ ਵਪਾਰ ਲਈ ਵੀ ਮਸ਼ਹੂਰ ਹੋ ਗਈ ਐ ਜੀ ਹਾਂ ਤਸਵੀਰਾਂ ਚ ਜੋ ਤੁਸੀਂ ਕੁੱਟਮਾਰ ਦੇਖ ਰਹੇ ਹੋ ਇਸ ਚ ਦੋ ਨੌਜਵਾਨ ਇਲਾਕੇ ਚ ਚਿੱਟਾ ਵੇਚਣਾ ਆਏ ਸਨ ਜੋ ਕਿ ਇਹਨਾਂ ਨੂੰ ਭਾਰੀ ਪੈ ਗਿਆ ਲੋਕਾਂ ਨੇ ਤਸਕਰਾਂ ਦੀ ਜਮ ਕੇ ਛਿੱਤਰ ਪਰੇਡ ਕੀਤੀ ਵੈਸੇ ਤਾਂ ਆਏ ਦਿਨ ਨਸ਼ੇ ਦਾ ਵਿਵਾਦ ਅਤੇ ਤਸਕਰਾਂ ਦੀ ਗ੍ਰਿਫਤਾਰੀ ਦੀ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਇਹ ਮਾਮਲਾ ਬਠਿੰਡਾ ਦੇ ਭਗਤਾਪਾਈ ਇਲਾਕੇ ਦਾ ਹੈ ਜਿੱਥੇ ਨਸ਼ੇ ਦੀ ਤਸਕਰੀ ਸ਼ਰਿਆਮੋਂ ਰਹੀ ਸੀ ਜਿਸ ਤੋਂ ਪਰੇਸ਼ਾਨ ਲੋਕਾਂ ਨੇ ਕਮੇਟੀ ਬਣਾਈ ਅਤੇ ਤਸਕਰਾਂ ਨੂੰ ਠੱਲ ਪਾਉਣ ਦਾ ਸੋਚਿਆ ਤੇ ਇਹ ਉਪਰਾਲਾ ਸਫਲ ਰਿਹਾ ਆਓ ਇੱਕ ਵਾਰ ਤੁਸੀਂ ਵੀ ਦੇਖੋ ਇਹ ਸਾਰੀ ਵੀਡੀਓ ਕਿੰਜ ਲੋਕਾਂ ਨੇ ਤਸਕਰਾਂ ਦੀ ਛੇਤਰ ਪ੍ਰੇਡ ਕੀਤੀ ਲੋਕਾਂ ਵੱਲੋਂ ਤਸਕਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਤੇ ਪੁਲਿਸ ਨੇ ਹਰ ਵਾਰ ਦੀ ਤਰ੍ਹਾਂ ਮਾਮਲੇ ਦੀ ਜਾਂਚ ਦਾ ਵਿਸ਼ਵਾਸ ਜਤਾਇਆ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਚੁੱਕੀ ਹੈ ਬਠਿੰਡਾ ਤੋਂ ਹਰਵਿੰਦਰ ਸਿੰਘ ਵਿਨਾਸ਼ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ ਜੈਗੂਆਰ ਗੱਡੀ ਹੁਣ ਪੰਜਾਬ 'ਚ ਗਾਣਿਆਂ ਜੀ ਨਹੀਂ ਚਿੱਟੇ ਦੇ ਵਪਾਰੀ ਵੀ ਮਸ਼ਹੂਰ ਹੋ ਗਈ ਹੈ ਜੀ ਹਾਂ ਤਸਵੀਰਾਂ 'ਚ ਜੋ ਤੁਸੀਂ ਕੁੱਟਮਾਰ ਦੇਖ ਰਹੇ ਹੋ ਇਸ 'ਚ ਦੋ ਨੌਜਵਾਨ ਇਲਾਕੇ 'ਚ ਚਿੱਟਾ ਵੇਚਣ ਆਏ ਸਨ ਜੋ ਕਿ ਇਹਨਾਂ ਨੂੰ ਭਾਰੀ ਪੈ ਗਿਆ ਲੋਕਾਂ ਨੇ ਤਸਕਰਾਂ ਦੀ ਜਮ ਕੇ ਛਿੱਤਰਪਰੇੜ ਕੀਤੀ ਵੈਸੇ ਤਾਂ ਆਏ ਦਿਨ ਨਸ਼ੇ ਦਾ ਵਿਵਾਦ ਅਤੇ ਤਸਕਰਾਂ ਦੀ ਗ੍ਰਿਫਤਾਰੀ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਇਹ ਮਾਮਲਾ ਬਠਿੰਡਾ ਦੇ ਭਗਤਾਪਾਈ ਇਲਾਕੇ ਦਾ ਹੈ ਜਿੱਥੇ ਨਸ਼ੇ ਦੀ ਤਸਕਰੀ ਸ਼ਰਿਆਮੋਂ ਰਹੀ ਸੀ ਜਿਸ ਤੋਂ ਪਰੇਸ਼ਾਨ ਲੋਕਾਂ ਨੇ ਕਮੇਟੀ ਬਣਾਈ ਅਤੇ ਤਸਕਰਾਂ ਨੂੰ ਠੱਲ ਪਾਉਣ ਦਾ ਸੋਚਿਆ ਤੇ ਇਹ ਉਪਰਾਲਾ ਸਫਲ ਰਿਹਾ ਆਓ ਇੱਕ ਵਾਰ ਤੁਸੀਂ ਵੀ ਦੇਖੋ ਇਹ ਸਾਰੀ ਵੀਡੀਓ ਕਿੰਜ ਲੋਕਾਂ ਨੇ ਤਸਕਰਾਂ ਦੀ ਛੇਤਰਪਰੇੜ ਕੀਤੀ ਲੋਕਾਂ ਵੱਲੋਂ ਤਸਕਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਤੇ ਪੁਲਿਸ ਨੇ ਹਰ ਵਾਰ ਦੀ ਤਰ੍ਹਾਂ ਮਾਮਲੇ ਦੀ ਜਾਂਚ ਦਾ ਵਿਸ਼ਵਾਸ ਜਤਾਇਆ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਚੁੱਕੀ ਹੈ ਬਠਿੰਡਾ ਤੋਂ ਹਰਵਿੰਦਰ ਸਿੰਘ ਵਿਨਾਸ਼ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ ਜੈਗੂਆਰ ਗੱਡੀ ਹੁਣ ਪੰਜਾਬ ਚ ਗਾਣਿਆਂ ਜੀ ਨਹੀਂ ਚਿੱਟੇ ਦੇ ਵਪਾਰੀ ਵੀ ਮਸ਼ਹੂਰ ਹੋ ਗਈ ਹੈ ਜੀ ਹਾਂ ਤਸਵੀਰਾਂ ਚ ਜੋ ਤੁਸੀਂ ਕੁੱਟਮਾਰ ਦੇਖ ਰਹੇ ਹੋ ਇਸ ਚ ਦੋ ਨੌਜਵਾਨ ਇਲਾਕੇ ਚ ਚਿੱਟਾ ਵੇਚਣ ਆਏ ਸਨ ਜੋ ਕਿ ਇਹਨਾਂ ਨੂੰ ਭਾਰੀ ਪੈ ਗਿਆ ਲੋਕਾਂ ਨੇ ਤਸਕਰਾਂ ਦੀ ਜਮ ਕੇ ਛਿੱਤਰ ਪਰੇਡ ਕੀਤੀ ਵੈਸੇ ਤਾਂ ਆਏ ਦਿਨ ਨਸ਼ੇ ਦਾ ਵਿਵਾਦ ਅਤੇ ਤਸਕਰਾਂ ਦੀ ਗ੍ਰਿਫਤਾਰੀ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਇਹ ਮਾਮਲਾ ਬਠਿੰਡਾ ਦੇ ਭਗਤਾਪਾਈ ਇਲਾਕੇ ਦਾ ਹੈ ਜਿੱਥੇ ਨਸ਼ੇ ਦੀ ਤਸਕਰੀ ਸ਼ਰਿਆਮ ਹੋ ਰਹੀ ਸੀ ਜਿਸ ਤੋਂ ਪਰੇਸ਼ਾਨ ਲੋਕਾਂ ਨੇ ਕਮੇਟੀ ਬਣਾਈ ਅਤੇ ਤਸਕਰਾਂ ਨੂੰ ਠੱਲ ਪਾਉਣ ਦਾ ਸੋਚਿਆ ਤੇ ਇਹ ਉਪਰਾਲਾ ਸਫਲ ਰਿਹਾ ਆਓ ਇੱਕ ਵਾਰ ਤੁਸੀਂ ਵੀ ਦੇਖੋ ਇਹ ਸਾਰੀ ਵੀਡੀਓ ਕਿੰਜ ਲੋਕਾਂ ਨੇ ਤਸਕਰਾਂ ਦੀ ਛਿੱਤਰ ਪਰੇਡ ਕੀਤੀ ਲੋਕਾਂ ਵੱਲੋਂ ਤਸਕਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਤੇ ਪੁਲਿਸ ਨੇ ਹਰ ਵਾਰ ਦੀ ਤਰ੍ਹਾਂ ਮਾਮਲੇ ਦੀ ਜਾਂਚ ਦਾ ਵਿਸ਼ਵਾਸ ਜਤਾਇਆ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਚੁੱਕੀ ਹੈ ਬਠਿੰਡਾ ਤੋਂ ਹਰਵਿੰਦਰ ਸਿੰਘ ਵਿਨਾਸ਼ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ